ਯਾ ਪੁੱਤਾ ਅੱਜ ਕਿਉਂ ਨਹੀਂ ਸੁਣਾਉਂਦੀ ਇਹਨੇ ਬਿਆਨ ਤੇ ਕਿੱਦਾਂ ਦੇਖ ਹੁਣ ਇਦਾਂ ਬਣਿਆ ਹੁੰਦਾ ਤਾਂ ਕਿ ਆਵਾਜ਼ ਵੀ ਪੂਰੀ ਵਰਕਆਊਟ ਮੀਲ ਆ ਸਾਡੀ ਆਪਾਂ ਬੰਦੇ ਹੀ ਘੈਂਟ ਆ ਚਲੇ ਸ਼ੁਰੂ ਕਰਦੇ ਹਾਂ ਹਾਂਜੀ ਗਾਇਸ ਕੀ ਹਾਲ ਚਾਲ ਸਭ ਦੇ ਉਹ ਕਰਦਾ ਤੁਸੀਂ ਸਾਰੇ ਘੈਂਟ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਜੀ ਜਿਮ ਕਾਫੀ ਟਾਈਮ ਬਾਅਦ ਹਨਾ ਮੰਮੀ ਹਾਂ ਜਿਮ ਕਾਫੀ ਟਾਈਮ ਬਾਅਦ ਜਾ ਰਹੇ ਹਾਂ ਸੌਰੀ ਸੌਰੀ ਇਧਰੋਂ ਆਣੀ ਸੀ ਨਾ ਵਾਟ ਆਪਾਂ ਸੀਗੇ ਲੇਹ ਲਦਾਖ ਗਏ ਹੋਏ ਅਤੇ ਉੱਥੋਂ ਮੁੜੇ ਆ ਇੱਕ ਹਫ਼ਤਾ ਆਪਾਂ ਕੀਤੀ ਆ ਰੈਸਟ ਪੂਰੀ ਰੱਜ ਕੇ ਖਾਧਾ ਪੀਤਾ ਢਿੱਡ ਕੱਢ ਲਿਆ ਬਾਹਰ ਹੁਣ ਇਹਨੂੰ ਕਰਨਾ ਅੰਦਰ ਹਾਂਜੀ ਵੀ ਦੋਸਤੋ ਨਹਾ ਲਿਆ ਆਪਾਂ ਹੁਣ ਬਸ ਕੱਪੜੇ ਪਾ ਕੇ ਅਤੇ ਮੀਲ ਲੈ ਕੇ ਆਪਣੀ ਚੱਲਦੇ ਹਾਂ ਆਪਾਂ ਜਿਮ ਅਤੇ ਵਲੋਗਿੰਗ ਸਾਡੇ ਕੋਲ ਆਹੀ ਕੁਛ ਆ ਦਿਖਾਉਣ ਨੂੰ ਹੋਰ ਤਾਂ ਕੁਛ ਹੈ ਨਹੀਂ ਗਾ ਪਹਿਲਾਂ ਘੁੰਮਣਾ ਫਿਰਨਾ ਸੀ ਪਹਿਲਾਂ ਟੂਰ ਵੀ ਤੁਹਾਨੂੰ ਦੇਵਾਂਗੇ ਲੇਕਿਨ ਫੌਜ ਸਾਹਿਬ ਸਾਡੇ ਕਿੱਦਾਂ ਦੇਖ ਰਹੇ ਹੋ ਦੇਖੋ ਆਹ ਕੀ ਸੀਨ ਹੈ ਜਿਮ ਦੇ ਵਿੱਚ ਨਵੀਆਂ ਮਸ਼ੀਨਾਂ ਲੱਗਣ ਜਾ ਰਹੀਆਂ ਨੇ ਹਾਂਜੀ ਹਾਂਜੀ ਤੁਹਾਨੂੰ ਭਾਜੀ ਆਇਓ ਆਇਓ ਮਿੱਤਰੋ ਸਾਡੇ ਪਹਿਲੇ ਵਲੌਗ ਦੀ ਪਹਿਲੀ ਵੀਡੀਓ ਇਹ ਸਾਡੇ ਟ੍ਰੇਨਰ ਸਾਹਿਬ ਹੋ ਜਿਹੜੇ ਗਾਣੇ ਵੀ ਗਾਉਂਦੇ ਨੇ ਭਾਜੀ ਉਹ ਕੈਮਰਾ ਨੂੰ ਭਾਜੀ ਤੁਹਾਨੂੰ ਭਾਜੀ ਹੈਲੋ ਆਇਓ ਆਇਓ ਸਾਡੇ ਕਿਉਂ ਨਹੀਂ ਸੁਣਾਉਂਦੀ ਇਹਨੇ ਮਜ਼ਾਕ ਕੀਤੇ ਮੁੰਡੇ ਬਹੁਤ ਸੀ ਹੁਣ ਇੱਦਾਂ ਬਣਿਆ ਹੁੰਦਾ ਤਾਂ ਕਿ ਆਵਾਜ਼ ਵੀ ਪੂਰੀ ਆਵੇ ਪਹਿਲਾਂ ਤਾਂ ਅਸੀਂ ਭੈਣ ਜੀ ਨੂੰ ਚੈਨਲ ਬਣਾ ਲਿਆ ਵਾ ਭਾਈ ਕਿੱਧਰ ਆ ਅਸੀਂ ਵੱਡੇ ਆ ਅਸੀਂ ਵੱਡੇ ਨੇ ਫਿਰ ਮੁੰਡੇ ਨੂੰ ਸਪੋਰਟ ਕਰ ਰਹੇ ਆ ਸਾਹਿਬ ਹੁਣ ਨਹੀਂ ਹਾਈ ਡੇ ਡਾਈ ਨੇ ਨਹੀਂ ਨਹੀਂ ਤੋਂ ਕੋ ਸਾਹਿਬ ਸਾਡੇ ਕੋ ਸਾਹਿਬ ਟੀਕਾ ਲਾਉਣ ਚੱਲੇ ਅਬੇ ਸਾਲੇ ਕਭੀ ਮੇਰਾ ਮਾਫ ਕਰਨਾ ਗੁੱਸੇ ਮੇਂ ਬਾਅਦ ਗੰਨੇ ਦਾ ਰਸ ਪੋਸਟ ਵਰਕਆਊਟ ਮੀਲ ਆ ਸਾਡੀ ਹਰ ਰੋਜ਼ ਆਪਾਂ ਗੰਨੇ ਦਾ ਰਸ ਬੀਬੀ ਦਾ ਅੰਕਲ ਤੋਂ ਇਹ ਰਹਾ ਨਹੀਂ ਜਾਤਾ ਤੜਪ ਹੀ ਐਸੀ ਹੈ ਨਾ ਹਾਂਜੀ ਲਓ ਜੀ ਵਰਕਆਊਟ ਹੋ ਗਿਆ ਖਤਮ ਉਹ ਦੇਖੀ ਮਰਨਾ ਸੀਗਾ ਜਾਨ ਬਹੁਤ ਪਿਆਰੀ ਆ ਸਾਨੂੰ ਸਾਡੀ ਹੋਰ ਯਾਰ ਵਰਕਆਊਟ ਹੋ ਗਿਆ ਸੀ ਖਤਮ ਹੁਣ ਸਾਵਣ ਮਹੀਨਾ ਚੱਲਦਾ ਪਿਆ ਵਾ ਨੌਨ ਵੈਜ ਵਗੈਰਾ ਕੁਛ ਵੀ ਨਹੀਂ ਖਾ ਸਕਦੇ ਹੁਣ ਦੇਖ ਰਹੇ ਕੀ ਖਾਈਏ ਪੀਏ ਅਤੇ ਹੁਣ ਜਿਮ ਵੱਲ ਥੋੜ੍ਹਾ ਜਿਹਾ ਫੋਕਸ ਕੀਤਾ ਵਾ ਅਤੇ ਕਿ ਉੱਤੋਂ ਨਵਾਂ ਕੰਮ ਆ ਸ਼ੁਰੂ ਕੀਤਾ ਵਲੋਗਿੰਗ ਦਾ ਕਿਉਂਕਿ ਇੱਕ ਚਾਅ ਜਿਹਾ ਹੁੰਦਾ ਹਰੇਕ ਨੂੰ ਸਾਡੇ ਵੀ ਮਾਇੰਡ 'ਚ ਕਦੋਂ ਦੀ ਸੀਗੀ ਬਸ ਇੱਕ ਕੌਨਫੀਡੈਂਸ ਜਿਹਾ ਨਹੀਂ ਪੈ ਰਿਹਾ ਸੀਗਾ ਅੱਜ ਫਿਰ ਅੱਜ ਹਿੰਮਤ ਕਰ ਹੀ ਲਈ ਮੈਂ ਕਿਹਾ ਦੇਖੀ ਜਾਊ ਦੇਖੀ ਜਾਊਗੀ ਜੋ ਹੋਊਗਾ ਦੇਖਿਆ ਜਾਏਗਾ ਅਤੇ ਇੱਕ ਵਲੋਗ ਪਾਇਆ ਸੀਗਾ ਜਸਟ ਫੋਰ ਐਵੇਂ ਹੀ ਜਸਟ ਫੋਰ ਚਿੱਲ ਫਨ ਅਤੇ ਮਤਲਬ ਹੁਣ ਟਾਈਮ ਤਾਂ ਲੱਗੂਗੀ ਹਰੇਕ ਚੀਜ਼ ਨੂੰ ਹੁਣ ਪਹਿਲੀ ਕੌਨਫੀਡੈਂਸ ਤਾਂ ਚਲੋ ਤੁਸੀਂ ਜੇ ਰਿਸਪੋਂਸ ਵਧੀਆ ਦੇਵੋਗੇ ਸਪੋਰਟ ਕਰੋਗੇ ਫਿਰ ਕੌਨਫੀਡੈਂਸ ਵੀ ਆਪੇ ਹੀ ਆ ਜਾਂਦਾ ਕਿ ਹਾਂ ਵੀ ਚੱਲ ਸਪੋਰਟ ਕਰਨ ਵਾਲੇ ਬੈਠੇ ਤਾਂ ਪੂਰਾ ਵਧੀਆ ਆਊਗਾ ਬਾਈ ਆਪਾਂ ਬੰਦੇ ਹੀ ਘੈਂਟ ਆ ਮਤਲਬ ਚੀਜ਼ਾਂ ਵਧੀਆ ਮਿਲੂਗੇ ਐਵੇਂ ਨਹੀਂ ਗੰਦ ਮੰਦ ਨਹੀਂ ਕੋਈ ਆਪਾਂ ਕੁਛ ਵੀ ਕਰਦੀ ਆਪਾਂ ਬੰਦੇ ਹੀ ਘੈਂਟ ਆ ਗੱਲ ਮੁੱਕਦੀ ਤਾਂ ਇਹ ਆ ਅਤੇ ਬਾਕੀ ਝਟਕੇ ਝੁਟਕੇ ਤੁਹਾਨੂੰ ਲੱਗ ਰਿਹਾ ਤੁਹਾਨੂੰ ਪਤਾ ਹੀ ਰਹਿੰਦੇ ਕਿੱਥੇ ਅਸੀਂ ਝਟਕੇ ਤਾਂ ਫਿਰ ਜਾਇਆ ਜਾਂਦਾ ਚਲੋ ਫਿਰ ਗਾਇਜ਼ ਮਿਲਦੇ ਆ ਆਪਾਂ ਅਗਲੇ ਸਟਾਪ ਤੇ ਅਗਲੀ ਡੈਸਟੀਨੇਸ਼ਨ ਨਹੀਂ ਨਹੀਂ ਸਟਾਪ ਤੇ ਦੱਸਦੀ ਲੋ ਜੀ ਯੋ 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 ਅੱਬਲ ਗੈਂਗਸ ਬੈਕ ਲੋ ਜੀ ਡਾਈਟ ਹੋ ਗਈ ਕੰਪਲੀਟ ਡਾਈਟ ਬਸ ਦੱਸ ਨਹੀਂ ਸਕਦੇ ਤੁਹਾਨੂੰ ਹਾਂਜੀ ਹਾਂ ਕਿਉਂਕਿ ਦੱਸਣ ਯੋਗ ਨਹੀਂ ਹੈ ਕੋਈ ਸੀਕ੍ਰੇਟ ਚੀਜ਼ਾਂ ਨੇ ਨਾ ਸੀਕ੍ਰੇਟ ਚੀਜ਼ਾਂ ਬੜਾ ਹਰਾਮ ਹੀ ਹੋ ਬੇਟਾ ਆਪਾਂ ਸਿਰਾ ਲਾਉਣਾ ਸੀ ਬਾਈ ਅੱਜ ਸਾਡਾ ਨਾ ਬੰਦਾ ਇੱਕ ਆਇਆ ਜੀ ਹੁਣ ਕਿੱਧਰ ਨੂੰ ਜਾ ਰਹੇ ਹਾਂ ਸਰ ਆਪਾਂ ਹੁਣ ਘਰੇ ਜਾਣਾ ਵਾ ਇੱਕ ਵਾਰ ਤਾਂ ਹਾਂ ਬਾਕੀ ਦੀ ਕਹਾਣੀ ਘਰੇ ਜਾ ਕੇ ਦੇਖਦੇ ਹਾਂ ਅੱਜ ਸਾਲੇ ਆਪਾਂ ਬਾਈ ਸਾਡਾ ਚੱਕਾ ਤਾਂ ਜਮਾ ਖੁੱਲ ਗਿਆ ਜਮਾ ਖੁੱਲ ਗਿਆ ਇਦਾਂ ਦੇਖਦੇ ਨੇ ਦੇਖ ਰਹੇ ਨੇ ਫੋਨ ਕਿਉਂਕਿ ਅਸੀਂ ਪੁੱਠਾ ਫੜਦੇ ਆ ਨਾ ਵੀਡੀਓ ਦੂਜੀ ਸਾਹਮਣੇ ਵਾਲੇ ਨੂੰ ਦੇਖਦੀ ਆ ਹਾਂ ਬੰਦੇ ਕਹਿੰਦੇ ਇਹ ਕੀ ਕਰੀ ਜਾਂਦੇ ਕਰੀ ਕੀ ਜਾਂਦੇ ਆਏ ਉਹਨਾਂ ਨੂੰ ਥੋੜੀ ਪਤਾ ਆਪਾਂ ਕਿ ਬਲੌਗਰ ਆ ਹੁਣ ਤਾਂ ਇੱਦਾਂ ਹੀ ਚੱਲੂ ਇੱਦਾਂ ਹੀ ਚੱਲੂ ਬਾਈ ਸਾਰਾ ਸੀਜ਼ਨ ਕੋਈ ਨਹੀਂ ਜਿਨ੍ਹਾਂ ਨੇ ਹਨਾ ਦੇਖਦਾ ਦੇਖੀ ਜਾਵੇ ਹੁਣ ਗੱਲਾਂ ਕਰਨ ਵਾਲਿਆਂ ਨੇ ਤਾਂ ਕਰੀ ਜਾਣੀਆਂ ਨੇ ਆ ਕੀ ਕਰੀ ਜਾਂਦੇ ਨੇ ਉਹ ਕੀ ਕਰੀ ਜਾਂਦੇ ਨੇ ਪਰ ਓ ਹੋ 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 ਗੱਡੀ ਫਾਦੀ ਗੱਡੀ ਫਾਦੀ ਲੋ ਵੀ ਇੰਟਰੋ ਕਰੇ ਪਹੁੰਚ ਚੁੱਕੇ ਆ ਉਹ ਕਾਲੀ ਇੰਟਰੋਡਕਸ਼ਨ ਕਰਾ ਕਾਲੀ ਦੀ ਇੰਟਰੋਡਕਸ਼ਨ ਕਾਲੀ ਦੀ ਵੀ ਕਰਾਉਂਦੇ ਕਾਲੀ ਸੇ ਹਾਈ ਟੂ ਦਾ ਕੈਮਰਾ ਭਾਜੀ ਆ ਭਾਜੀ ਦਿਖਾਓ ਜੀ ਇਹ ਭਾਜੀ ਆਪਣੇ ਨਾਲ ਜਿਮ ਲਾ ਰਹੇ ਸੀਗੇ ਥੋੜੀ ਦੇਰ ਪਹਿਲਾਂ ਇੱਕ ਦਾਰੀ ਕਰਤਾ ਹੈ
ਤੇ ਸਾਨੂੰ ਛੱਡ ਕੇ ਭੱਜਿਆ ਹੈ। ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ? ਮੈਂ ਭਾਜੀ ਚੂਹੇ ਕੱਢਣਾ ਹੈ ਮੇਰੇ ਬਹੁਤ ਆ ਗਏ ਨੱਕ ਦੇ ਵਿੱਚ ਤੇ ਜਿੰਮ 'ਚ ਜਿੰਨਾ ਮਜ਼ਾ ਨੱਕ ਜਿੰਮ ਚੂਹੇ ਕੱਢਣਾ ਜਿੰਮ 'ਚ ਮਜ਼ਾ ਹੁੰਦਾ ਨਾ ਪਸੀਨਾ ਪਿਆ ਹੁੰਦਾ। ਆਪਾਂ ਆ ਚੁੱਕੇ ਹਾਂ ਜੀ ਘਰੇ, ਕੱਲ੍ਹ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ। ਹੁਣ ਕੁਛ ਕਰਦੇ ਹਾਂ ਵਧੀਆ ਜਿਹਾ, ਘੈਂਟ ਜਿਹਾ ਕਰਾਂਗੇ ਕੱਲ੍ਹ ਨੂੰ। ਅਤੇ ਅੱਜ ਦਾ ਵਲੋਗ ਚਲੋ ਕੋਈ ਚੱਕਰ ਨਹੀਂ, ਇੱਦਾਂ ਹੀ ਸੀਗਾ ਪਹਿਲਾ ਵਲੋਗ ਸੀ। ਤੁਸੀਂ ਕਰਿਓ ਮੌਜ ਮਸਤੀ, ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿ ਕੀ ਅਸੀਂ ਇੰਪਰੂਵ ਕਰ ਸਕਦੇ ਹਾਂ। ਅਤੇ ਲਾਈਕ ਅਤੇ ਸ਼ੇਅਰ ਤੁਸੀਂ ਜ਼ਰੂਰ ਕਰਿਓ, ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ।